क्यों भी इस करके तुसी कल्ले आए हो थोड़ी भाभी नाल लेके नहीं आए दस्या तो है मैं फिरदा टुरदा आ गया वा वो मैं याद आया वो तेरी भाभी ने कहा कि शफीक ने कहना घर आवे नाले कट्ठे बह के खाना खाएंगे नाले मुलाकात हो जाएगी इज्जत जिल्लत इंसान दे अपने हाथ च होती है जो कुछ भी हो गया उन्होंने भूल गया हूँ भी सीधे राह पे आया बाबा जी अजय कुछ लोगों का हिसाब लेना बाकी है पहले मैं वो मुका लू हिसाब किताब तो सारी जिंदगी नहीं मुकता बंदा मर भी जावे फिर भी हिसाब किताब चलता रहता अबा एसपी साहब ना पुत्र ये बड़ा खतरनाक काम है क्यों अपनी जान का दुश्मन हो गया अबा तीनों चाचे का तू बचपन का यार है उदी धी का तुम कोई काम नहीं काम है दुख है पुत्र बहुत दुख है अरे दुनिया बड़ी खुदगर्ज है अच्छा चाचियों मैं हूँ चलना वहाँ माहौल कुछ खराब जहा हो गया है मैनु मेरे काम की कल इतला दे दियो खाली बड़े लोगों को हिसाब किताब लेना है चंगा बलावल पुत्र तुझा तेरा काम हो जाएगा तो मैं इतला कर दिया जा अच्छा चाचियों लगता तेनू रब ने वेलिया बह के बनाया ठीक ही कहना है पति इधर रोवो तुसी बह के तुडिया कुछ ही शक्लां ने तुहाडियां लगदा अल्लाह ने तुहानू बड़ी छेती बना दित्ता की दसना यार पट्टी चार साल दी बच्ची सी जदों मैं उहनू घर छड्ड के आया तो मैं बड़ा परेशान हाँ पता नहीं वो किस हाल च होवेगी तो किस हाल च नहीं मैं बड़ा फिक्रमंद होया जीरिया ਸਾਡੇ ਸਾਰੇ ਲੋਕਾਂ ਦੀ ਇਹੋ ਹੀ ਪ੍ਰੋਬਲਮ ਤੁਸੀਂ ਨਾ ਆਪਣੇ ਭੈਣ ਭਰਾਵਾਂ ਨਾ ਮਾਂ ਪਿਓ ਨਾ ਯਾਰਾਂ ਦੋਸਤਾਂ ਕਿਸੇ ਨੂੰ ਵੇਲ ਨਹੀਂ ਸਕਦੇ ਕਿੱਥੇ ਰਹਿ ਗਿਆ ਮੈਂ ਰੋਟੀ ਖਾ ਰਿਹਾ ਸਾਂ ਜੀ ਹਰ ਵੇਲੇ ਰੋਟੀ ਖਾਂਦਾ ਰਹਿੰਦਾ ਗੱਲ ਸੁਣ ਜੀ ਸਰਕਾਰ ਮੈਂ ਅੱਜ ਤੋਂ ਤੇਰੀ ਡਿਊਟੀ ਬਲਾਵਲ ਦੇ ਲਾਲ ਲੱਗਾ ਤੂੰ ਉਹਦੀ ਜਸੂਸੀ ਕਰਨੀ ਹੈ ਅੱਛਾ ਜੀ पानी भी नहीं जवाना कितों आया तू इत किस आया सबर रख बड़े लोग यहो जे ने जिन्हों के माँ प्यो तो बगैर यो हाल हों तू इत्थे बैठ
ਉਹ ਵੇਖ ਯਾਰ ਮੈਂ ਆਇਆ ਵਾ ਸਖਾਵਤ ਤੂੰ ਅਰੇ ਯਾਰ ਉਹ ਮੇਰਾ ਯਾਰ ਆਇਆ ਯਾਰ ਤੂੰ ਕਿੱਥੇ ਪਹੁੰਚਿਆ ਬਸ ਯਾਰ ਹੁਣੇ ਹੁਣੇ ਪਹੁੰਚਿਆ ਵਾਂ ਅਤੇ ਸਿੱਧਾ ਤੈਨੂੰ ਲੱਭਣ ਟੁੱਟ ਪਿਆ ਪਰ ਇੱਕ ਗੱਲ ਦੱਸ ਤੂੰ ਡਾਕਿਆ ਹੋ ਕੇ ਤਾਂ ਯਾਰ ਨੂੰ ਹੱਥ ਕਿਉਂ ਨਹੀਂ ਪਾਇਆ ਯਾਰ ਸਖਾਵਤ ਤੈਨੂੰ ਕੀ ਦੱਸਾਂ ਫੁਰਸਤ ਨਹੀਂ ਮਿਲਦੀ ਛੋਟਾ ਜਿਹਾ ਪਿੰਡ ਮੁਸੀਬਤਾਂ ਬੜੀ ਵੱਡੀਆਂ ਵੱਡੀਆਂ ਹਾਂ ਯਾਰ ਮੈਂ ਵੀ ਸੁਣਿਆ ਕਿ ਪਿੰਡ 'ਚ ਕੋਈ ਗੜਬੜ ਹੋਈ ਗੜਬੜ ਐਸੀ ਵੈਸੀ ਗੜਬੜ ਯਾਰ ਸਖਾਵਤ ਕੁਝ ਨਾ ਪੁੱਛ ਪਰ ਕੁਝ ਮੈਨੂੰ ਵੀ ਤਾਂ ਦੱਸ ਹੋਇਆ ਕੀ ਹੈ ਉਹ ਸਾਰੀਆਂ ਗੱਲਾਂ ਇੱਥੇ ਪੁੱਛਣੀਆਂ ਨੇ ਘਰ ਚੱਲ ਚਾਹ ਸ਼ਾਹ ਪੀਂਦੇ ਹਾਂ ਆਰਾਮ ਨਾਲ ਬੈ ਗੱਲ ਕਰਾਂਗੇ ਚਲਾ ਚੱਲ ਯਾਰ ਅੱਜ ਫਿਰ ਮੁੰਡੇ ਟਿਕਾ ਕੇ ਬੈਠਾ ਹੈ ਤੇ ਹੋਰ ਮੈਂ ਕੀ ਕਰਾਂ ਤੇ ਨਾਲੇ ਮੇਰੀ ਜ਼ਿੰਦਗੀ 'ਚ ਹੋਰ ਬੱਚਿਆ ਵੀ ਕੀ ਹੈ ਤੂੰ ਹੀ ਮੈਨੂੰ ਦੱਸ ਕਿ ਹੋਰ ਮੈਂ ਕੀ ਕਰ ਸਕਦਾ ਮਰਦ ਹੈ ਤੇ ਮਰਦ ਬਣ ਹੁਣ ਤੇ ਚਾਚਾ ਵੀ ਤੇਰੇ ਨਾਲ ਹੈ ਤੇ ਪੂਰਾ ਪਿੰਡ ਮੈਨੂੰ ਬੜਾ ਡਰ ਲੱਗਦਾ ਹੈ ਮੇਰੀ ਹਿੰਮਤ ਨਹੀਂ ਹੁੰਦੀ ਕਿ ਮੈਂ ਚੌਧਰੀ ਸਾਹਿਬ ਦੇ ਸਾਹਮਣੇ ਖੜਾ ਹੋ ਸਕਾਂ ਆਪਣੇ ਹੱਕ ਵਾਸਤੇ ਤੇ ਬੰਦਾ ਖੁਦਾ ਦੇ ਸਾਹਮਣੇ ਵੀ ਖਲੋ ਜਾਂਦਾ ਤੇ ਤੂੰ ਇੱਕ ਮਿੱਟੀ ਦੇ ਬੰਦੇ ਕੋ ਡਰਨਾ ਪਤਾ ਨਹੀਂ ਕਿਉਂ ਜਦੋਂ ਮੇਰੇ ਸਾਹਮਣੇ ਆਉਂਦੇ ਨੇ ਤੇ ਮੇਰੇ ਅੰਦਰ ਆਪਣੇ ਆਪ ਖੌਫ ਦੀਆਂ ਲਹਿਰਾਂ ਦੌੜਨੀਆਂ ਸ਼ੁਰੂ ਹੋ ਜਾਂਦੀਆਂ ਤੇ ਮੇਰੇ ਹੱਥ ਪੈਰ ਠੰਡੇ ਹੋ ਜਾਂਦੇ ਨੇ ਮੇਰੀ ਜ਼ੁਬਾਨ ਮੇਰਾ ਸਾਥ ਛੱਡ ਜਾਂਦੀ ਹੈ ਮੈਂ ਸਮਝ ਨਹੀਂ ਆ ਪਰ ਤੇਰੀ ਮੁਹੱਬਤ ਦੀ ਹੱਥ ਮਰਦ ਬਣਨਾ ਪਵੇਗਾ ਅਗਰ ਕੋਈ ਮੇਰੀ ਇੱਜ਼ਤ ਤੇ ਹੱਥ ਪਾਵੇ ਤੂੰ ਐਸੇ ਤਾਂ ਨਹੀਂ ਡਰਦਾ ਰਹੇਗਾ ਤੇ ਮੈਂ ਉਹਨੂੰ ਜਾਨੋ ਮਾਰ ਦਿਆਂਗਾ ਅਗਰ ਉਹ ਚੌਧਰੀ ਹੋਵੇ ਤੇ ਫਿਰ ਤੇ ਫਿਰ ਮੈਂ ਤੇਰੇ ਅੰਦਰ ਗੈਰਤ ਵੀ ਤੇ ਗੁੱਸਾ ਵੀ ਪਰ ਤਨ ਚੌਧਰੀ ਸਾਹਮਣੇ ਕੀ ਹੋ ਜਾਂਦਾ ਵੇ ਉਹ ਮੈਂ ਇੱਕ ਗੱਲ ਯਾਦ ਰੱਖੀ ਗੁਲਫਾਮ ਔਰਤ ਗਰੀਬ ਬੰਦੇ ਨਾਲ ਮੁਹੱਬਤ ਕਰ ਵੀ ਸਕਦੀ ਤੇ ਉਹਨਾਂ ਰਹਿ ਵੀ ਸਕਦੀ ਹੈ ਗੁੱਜ਼ਰ ਤੇ ਬਗੈਰਤ ਬੰਦੇ ਨਾਲ ਕਦੀ ਨਹੀਂ ਰਹਿ ਸਕਦੀ ਨਹੀਂ ਸ਼ਫੀਕ ਨਹੀਂ ਮੈਂ ਰਜ਼ੀਆ ਨੂੰ ਲੱਭ ਕੇ ਰਵਾਂਗਾ ਸਖਾਵਤ ਪਾਗਲ ਨਾ ਬਣ ਰਜ਼ੀਆ ਉਹਨਾਂ ਦੀ ਕੈਚ ਹੈ ਤੂੰ ਨਹੀਂ ਜਾਣਦਾ ਬਾਦਲ ਡਾਕੂ ਕਿੰਨਾ ਖਤਰਨਾਕ ਬੰਦਾ ਹੈ ਮੈਂ ਕਿਸੇ ਤੋਂ ਨਹੀਂ ਡਰਦਾ ਮੈਂ ਆਪਣੀ ਮੁਹੱਬਤ ਨੂੰ ਵਾਪਸ ਲਿਆ ਕੇ ਰਵਾਂਗਾ ਜਾਣੇ ਰਜ਼ੀਆ ਵਿਚਾਰੀ ਕਿਸ ਹਾਲ 'ਚ ਹੋਵੇਗੀ ਉਹ ਕਿਸੇ ਨੂੰ ਨਹੀਂ ਸ਼ਫੀਕ ਨਹੀਂ ਮੇਰੀ ਰਜ਼ੀਆ ਪਾਕ ਹੈ ਤੇ ਪਾਕ ਹੀ ਰਵੇਗੀ ਬਸ ਮੇਰੀ ਜ਼ਿੰਦਗੀ ਦਾ ਤੁਹਾਨੂੰ ਇੱਕ ਹੀ ਮਕਸਦ ਹੈ ਕਿ ਮੈਂ ਆਪਣੀ ਮੁਹੱਬਤ ਤੇ ਆਪਣੇ ਪਿਆਰ ਨੂੰ ਵਾਪਸ ਲੈ ਕੇ ਆਵਾਂਗਾ ਸਬਰ ਤੇ ਹੌਸਲਾ ਰੱਖ ਇਹ ਕੰਮ ਆਰਾਮ ਨਾਲ ਵੀ ਹੋ ਸਕਦਾ ਤੇ ਜਲਦਬਾਜ਼ੀ ਤੈਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ ਫਿਰ ਮੈਨੂੰ ਦੱਸ ਮੈਂ ਕੀ ਕਰਾਂ ਤੈਨੂੰ ਮੈਂ ਦੱਸਣਾ ਵਾ ਤੂੰ ਕੀ ਕਰਨਾ ਸਮਝ ਗਏ ਨਾ ਚਲੋ ਕੰਮ ਆ ਉਹ ਪਸ਼ਵਿਕ ਤੂੰ ਆ ਆ ਆ ਬਹਿ ਜਾ ਆ ਜਾ ਤੂੰ ਸੁਣਾ ਬਫਾਮ ਮੈਂ ਠੀਕ ਹੈ ਆ ਜਾ ਤੂੰ ਬੈਠ ਦੇਖ ਤੂੰ ਸੁਣਾ ਤੂਫਾਨ ਕੈਸਾ ਹੈ ਤੂੰ ਮੈਂ ਠੀਕ ਹਾਂ ਦੇਖ ਅੱਜ ਮੈਂ ਤੇਰੇ ਵਾਸਤੇ ਕਿਨੂੰ ਲੈ ਕੇ ਆਇਆ ਪਹਿਚਾਨ ਆਪਣਾ ਯਾਰ ਸਖਾਵਤ ਆ ਭਾਈ ਸਖਾਵਤ ਕੀ ਹਾਲ ਹੈ ਤੇਰਾ ਤੂੰ ਸੁਣਾ ਗੁਲਫਾਮ ਤੇਰਾ ਕੀ ਹਾਲ ਹੈ ਬਸ ਅੱਲਾ ਦਾ ਸ਼ੁਕਰ ਹੈ ਠੀਕ ਹੈ ਨਾ ਤੂੰ ਮੈਂ ਠੀਕ ਹਾਂ ਆ ਬੈਠ ਤੂੰ ਪਰ ਯਾਰ ਸਖਾਵਤ ਤੂੰ ਤੇ ਸ਼ਹਿਰ ਨੌਕਰੀ ਕਰਨ ਸੀ ਚਲਾ ਗਿਆ ਤੂੰ ਕਦੋਂ ਆਇਆ ਹਾਂ ਯਾਰ ਮੈਂ ਨੌਕਰੀ ਕਰਨ ਤਾਂ ਗਿਆ ਸਾਂ ਪਰ ਹੁਣ ਹੀ ਆਇਆ ਅਤੇ ਸਿੱਧਾ ਸ਼ਫੀਕ ਨੂੰ ਲੱਭਦਾ ਲੱਭਦਾ ਉਹਦੇ ਵੱਲੇ ਮੇਰਾ ਕੀ ਹਾਲ ਹੋਣਾ ਹੈ ਵੇਖ ਲੈ ਜਿਸ ਤਰ੍ਹਾਂ ਦਾ ਛੱਡ ਕੇ ਗਿਆ ਸੀ ਉਸ ਤਰ੍ਹਾਂ ਦਾ ਹੀ ਹੈ ਮੈਨੂੰ ਤੇਰੇ ਸਾਰੇ ਹਾਲਾਤ ਦਾ ਪਤਾ ਹੈ ਪਰ ਜਿੰਨੀ ਦੇਰ ਤੱਕ ਜ਼ੁਲਮ ਦੇ ਖਿਲਾਫ ਮਜ਼ਲੂਮ ਖੁਦ ਲੜੇਗਾ
ਉਹਦੇ ਹਾਲਾਤ ਕਦੀ ਠੀਕ ਨਹੀਂ ਹੋ ਸਕਦੇ। ਯਾਰ ਗੁਲਫਾਮ ਅਸੀਂ ਤੇਰੇ ਨਾਲ ਹਾਂ, ਸਾਰਾ ਪਿੰਡ ਤੇਰੇ ਨਾਲ ਹੈ। ਹੁਣ ਤਾਂ ਤੇਰਾ ਚਾਚਾ ਵੀ ਜੇਲ੍ਹ 'ਚੋਂ ਛੁੱਟ ਕੇ ਆ ਗਿਆ। ਪਰ ਮੈਨੂੰ ਇਸ ਖੂਨ ਦੇ ਰਾਵੀ ਕੋਲੋਂ ਬੜਾ ਡਰ ਲੱਗਦਾ। ਯਾਰ ਗੁਲਫਾਮ ਆਪਣੇ ਹੱਕ ਵਾਸਤੇ ਖੂਨ ਬਹਾਉਣਾ ਵੀ ਪਵੇ ਤੇ ਬਹਾ ਦਿਓ। ਜ਼ੁਲਮ ਸਹਿਣਾ, ਉਹ ਤਾਂ ਅੱਗੇ ਸਰ ਝੁਕਾ ਕੇ ਰਹਿਣਾ, ਇਹ ਵੀ ਇੱਕ ਗੁਨਾਹ ਹੈ। ਪਰ ਤੁਹਾਨੂੰ ਤਾਂ ਪਤਾ ਹੈ ਨਾ ਕਿ ਫੜੇ 'ਚ ਉਹਦੇ ਸਭ ਕਿੱਡੇ ਜ਼ਾਲਮ ਨੇ। ਉਹ ਮੈਨੂੰ ਮਾਰ ਦੇਣਗੇ। ਯਾਰ ਗੁਲਫਾਮ ਤੂੰ ਸਾਡੇ ਨਾਲ ਚੱਲ, ਅਸੀਂ ਤੇਰੇ ਚਾਚੇ ਕੋਲ ਚੱਲਦੇ ਹਾਂ, ਉੱਥੇ ਜਾ ਕੇ ਇਹਦਾ ਕੋਈ ਹੱਲ ਕੱਢ ਲੈਂਦੇ। ਪਰ ਪਰਵਰ ਕੁਛ ਨਹੀਂ, ਤੂੰ ਸਾਡੇ ਨਾਲ ਚੱਲ। ਚੱਲ ਸ਼ਾਬਾਸ਼ ਉੱਠ, ਚੱਲ ਚੱਲ। ਸਲਾਮ ਕਰ ਸਾਡੇ ਚੋਇਸ ਸਾਹਿਬ ਨੂੰ। ਸਲਾਮ ਖੁਦਾ ਨੂੰ ਪਹੁੰਚਦਾ ਤੇ ਕਰਨਾ ਵੀ ਚਾਹੀਦਾ, ਪਰ ਇਨਸਾਨਾਂ ਨੂੰ। ਕੀ ਬਕਵਾਸ ਕਰ ਰਹੀ ਹੈ, ਸਾਡੇ ਚੋਇਸ ਸਾਹਿਬ ਨੂੰ ਜਾਨਵਰ ਸਮਝ ਨਹੀਂ ਹੈ। ਮਜ਼ਾ ਆਇਆ, ਬੜਾ ਪਿਆਰਾ ਅੰਦਾਜ਼, ਬਿਲਕੁਲ ਵੈਸ਼ੀ ਹਿਰਨੀ ਵਰ। ਸਰਕਾਰ ਇਹ ਤੁਹਾਡੀ ਬੇਇੱਜ਼ਤੀ ਕਰ ਰਹੀ ਹੈ, ਕਹੋ ਤੇ ਇਹਨੂੰ ਚੁੱਕ ਲਈਏ। ਨਾ ਨਾ, ਤੈਨੂੰ ਚੁੱਕ ਲਵੇ। ਸ਼ਰਮ ਕਰ ਤੇ ਆਉਣ ਵਾਲੇ ਵਕਤ ਤੋਂ ਡਰ। ਅਗਰ ਅੱਜ ਤੋਂ ਬਾਅਦ ਮੇਰਾ ਰਸਤਾ ਰੁਕਿਆ ਨਾ ਤੇ ਮੈਂ ਚੌਧਰੀ ਸਾਹਿਬ ਨਾਲ ਜਾ ਕੇ ਤੇਰੀ ਸ਼ਿਕਾਇਤ ਕਰ ਦਿਆਂਗੀ। ਮੇਰਾ ਕੋਈ ਵੀ ਕੁਝ ਵੀ ਨਹੀਂ ਵਿਗਾੜ ਸਕਦਾ। ਚੱਲ ਪੱਟੀ, ਇਹਨੂੰ ਡੇਰੇ ਤੇ ਬੁਲਾਉਣਾ ਹੀ ਪਵੇਗਾ। ਸਰਕਾਰ ਦੁਲਹਨ ਬਣਾਉਣ ਵਾਸਤੇ? ਹਾਂ ਦੁਲਹਨ, ਮਗਰ ਇੱਕ ਰਾਤ ਕੀ। ਸਿਰਫ ਇੱਕ ਰਾਤ ਵਾਸਤੇ? ਸਰਕਾਰ ਉਹਦੇ ਨਾਲ ਕੀ ਬਣਨਾ ਹੈ? ਬਕਵਾਸ ਬੰਦ ਕਰ, ਤੈਨੂੰ ਨਹੀਂ ਪਤਾ। ਚੱਲ ਗੱਡੀ 'ਚ, ਇਹਨੂੰ ਮੈਂ ਆਪ ਵੇਖ ਲਵਾਂਗਾ। ਮੇਰੇ ਇੰਤਜ਼ਾਰ ਕਰੀ। ਦਫਾ ਦੂਰ। ਮੈਨੂੰ ਚੁੱਕਣ ਦੀ ਧਮਕੀ ਦਿੱਤੀ ਹੈ ਤੇ ਨਾਲੇ ਮੇਰੇ ਨਾਲ ਬੜੀਆਂ ਪੈੜੀਆਂ ਗੱਲਾਂ ਕੀਤੀਆਂ ਨੇ, ਉਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ। ਮੈਂ ਹੁਣੇ ਵੱਡੇ ਚੌਧਰੀ ਕੋਲ ਜਾਣਾ ਵਾ। ਮੈਨੂੰ ਤੇ ਇਹ ਚੀਜ਼ ਦਾ ਪਹਿਲੇ ਡਰ ਸੀ ਸਕੀਨਾ। ਮੈਂ ਤੈਨੂੰ ਕਿੰਨੀ ਦਫ਼ਾ ਕਿਹਾ ਸੀ ਕਿ ਕੱਲੀ ਘਰੋਂ ਬਾਹਰ ਨਾ ਜਾਇਆ ਕਰ। ਚਲਾ ਇੰਸਪੈਕਟਰ ਹੈਦਰ ਸਪੀਕਿੰਗ। ਓਕੇ ਸਰ, ਓਕੇ ਸਰ। ਓਏ ਜਰਾ ਤਗੜਾ ਹੱਥ ਮਾਰ। ਅਸਲਾਮ ਅਲੈਕੁਮ ਚੋਰ ਸਰ। ਵਾਲੇਕੁਮ ਅਸਲਾਮ। ਆਪ ਸਜਾਦ ਕੀ ਹਾਲ ਹੈ? ਮੈਂ ਠੀਕ ਹਾਂ ਚੋਰ ਸਰ। ਬਹਿ ਜਾ। ਮਿਹਰਬਾਨੀ ਚੋਰ ਸਰ। ਮੈਂ ਮਾਦਰਤ ਚਾਹੁੰਦਾ ਚੋਰ ਸਾਹਿਬ, ਮੈਂ ਅੱਜ ਇੱਕ ਫਰਿਆਦ ਲੈ ਕੇ ਆਇਆ। ਹੱਦ ਹੀ ਹੋ ਗਈ ਚੋਰ ਸਾਹਿਬ। ਹੋਇਆ ਕੀ? ਮੇਰੇ ਕੋਲ ਜੋ ਕੁਛ ਵੀ ਹੋਇਆ ਮੈਂ ਕਰਾਂਗਾ, ਦੱਸ ਤੇ ਸਹੀ। ਕੀ ਅਸੀਂ ਇੱਜ਼ਤਾਂ ਵਾਲੇ ਨਹੀਂ ਚੋਰ ਸਾਹਿਬ? ਮੈਂ ਸਮਝਿਆ ਨਹੀਂ, ਤੂੰ ਖੁੱਲ੍ਹ ਕੇ ਗੱਲ ਕਰ। ਚੋਰ ਸਾਹਿਬ, ਅਗਰ ਕੋਈ ਮੇਰੀ ਭੈਣ ਨੂੰ ਛੇੜੇ, ਉਹਦੇ ਨਾਲ ਬਦਤਮੀਜ਼ੀ ਕਰੇ, ਉਹਨੂੰ ਵਾਹ ਕਰਨ ਦੀਆਂ ਧਮਕੀਆਂ ਦੇਵੇ, ਤੁਸੀਂ ਉਹਦੇ ਨਾਲ ਕੀ ਕਰੋਗੇ ਚੋਰ ਸਾਹਿਬ? ਓਏ ਮੇਰੇ ਕੋਲ ਜੋ ਹੋ ਸਕਿਆ ਮੈਂ ਕਰਾਂਗਾ, ਤੂੰ ਦੱਸ ਹੋਇਆ ਕੀ ਹੈ। ਉਹ ਭਾਵੇਂ ਕੋਈ ਵੀ ਹੋਵੇ ਚੋਰ ਸਾਹਿਬ। ਆਹੋ ਕੋਈ ਵੀ ਹੋਵੇ, ਮੈਂ ਉਹਨੂੰ ਚੌਂਕ ਵਿੱਚ ਪੁੱਠਾ ਟੰਗ ਦਿਆਂਗਾ। ਉਹਦਾ ਨਾਂ ਦੱਸ। ਲਓ ਫਿਰ ਦਿਲ 'ਤੇ ਹੱਥ ਰੱਖ ਕੇ ਸੁਣੋ।
को गैर नहीं चाहो सर, वो तोड़ा पुत्र बलावल है। ओए की बकरे हैं, मैं मन ना मां कि वो मेरा बिगड़ा है पुत्र है, पर इस तरह किसी की धी भैन हथ पाना कोई चंगी गल नहीं होती। चोर साहब तुसी भी धियां भैन आ लो तो इस तरह सारे ने सांझिया पिंड चोर ही तो गरीबों की इज्जत के रखवाले होंगे। चोर साहब एक गल याद रख, जे मैनू इंसाफ ना मिलिया तो क्यामत वाले दिन तुहाडा गिरबान होएगा तो मेरा हथ होएगा। चोर साहब नहीं नहीं सजाद कोई गल नहीं, मैं तो इस दुनिया जे अजाब इसे लिए चल रहा कि खबरें मैं आखरत सुकून मिल जाए, तो फिक्र ना करी। मैं ये गल बलावल नाल उहदा प्यो बन के नहीं, इस पिंड का मुनसिब बन के करांगा। ठीक है चेयर साहब, उत्ते खुदा दे थले तुसी, मैनू तुहाडे कोल अगले जहांगीरी दी उम्मीद, मैं जंजीर हिला दित्ती, मैं देखना तुसी साडे गरीबां वास्ते की करदे हो। ये मेरे ते बड़ी वड्डी जिम्मेदारी पा गया है, किधरे जंजीर गले दा ही बन जावे।